ਉਹਨਾਂ ਨੇ ਜਿੱਥੇ ਆਪਣਾ ਕਹਿਰ ਪੂਰੇ ਵਰਲਡ ਦੇ ਵਿੱਚ ਮਚਾਇਆ ਹੋਇਆ ਉੱਥੇ ਹੀ ਸਰਕਾਰਾਂ ਵੱਲੋਂ ਕਰਫਿਊ ਲਗਾ ਦਿੱਤਾ ਗਿਆ। ਅੱਜ ਕਰਫਿਊ ਦਾ ਜਿਹੜਾ ਹੈਗਾ 5ਵਾਂ ਦਿਨ ਹੈਗਾ ਕਿ ਤੁਹਾਨੂੰ ਦੈਨਿਕ ਸਵੇਰਾ ਟੀਵੀ ਨੇ ਜਲੰਧਰ ਦੇ ਅੰਦਰਲੇ ਹਾਲਾਤ ਤਾਂ ਦਿਖਾਏ ਸੀ, ਅੱਜ ਅਸੀਂ ਤੁਹਾਨੂੰ ਹਾਈਵੇ ਦੇ ਹਾਲਾਤ ਦਿਖਾ ਰਹੇ ਹਾਂ। ਜਿਹੜੀ ਆ ਦੇਖੋ ਤੁਸੀਂ ਆਪਣੇ ਕੈਮਰਾਮੈਨ ਪਵਨ ਨੂੰ ਕਹਾਂਗਾ ਹਾਈਵੇ ਦਿਖਾਇਆ ਜਾਵੇ। ਇਹ ਜਿਹੜਾ ਹਾਈਵੇ ਹੈ ਜੰਮੂ ਹਾਈਵੇ ਹੈ ਔਰ ਜਿੱਥੇ ਇੱਥੇ ਰੋਜ਼ ਦੀਆਂ ਕਈ ਗੱਡੀਆਂ ਆਉਂਦੀਆਂ ਔਰ ਜਾਂਦੀਆਂ ਸੀ, ਮਗਰ ਅੱਜ ਕਰਫਿਊ ਦੇ 5ਵੇਂ ਦਿਨ ਦੇ ਹੋਣ ਦੇ ਬਾਵਜੂਦ ਇੱਥੇ ਕੋਈ ਵੀ ਵਿਅਕਤੀ ਨਾ ਹੈ ਔਰ ਜਿਹੜੇ ਲੋਕ ਆ ਜਾ ਰਹੇ ਉਹ ਟਾਵੇਂ ਟਾਵੇਂ ਲੋਕ ਹੀ ਹੈ। ਔਰ ਤੁਹਾਨੂੰ ਤੁਸੀਂ ਦੇਖ ਸਕਦੇ ਹੋ ਜਿਹੜੀਆਂ ਸੜਕਾਂ ਹੈਗੀਆਂ ਬਿਲਕੁਲ ਸੁੰਨਸਾਨ ਹੈ, ਸਾਰੀਆਂ ਦੁਕਾਨਾਂ ਜਿਹੜੀਆਂ ਟਾਵੀਆਂ ਟਾਵੀਆਂ ਇਸ ਸੜਕ ਦੇ ਉੱਤੇ ਦੁਕਾਨਾਂ ਹੈਗੀਆਂ ਉਹ ਬੰਦ ਪਈਆਂ ਹੈ। ਔਰ ਅਸੀਂ ਅੱਜ ਇਹ ਤੁਹਾਨੂੰ ਦਿਖਾਵਾਂਗੇ ਜਿਹੜੇ ਲੋਕ ਟਰੱਕ ਲੈ ਕੇ ਟਰੱਕਾਂ ਦੇ ਜਿਹੜੇ ਲੋਕ ਹੈ ਬਾਹਰੋਂ ਆਉਂਦੇ ਆ ਉਹਨਾਂ ਦਾ ਗੁਜ਼ਾਰਾ ਕਿੱਦਾਂ ਹੁੰਦਾ, ਕਿੱਥੋਂ ਰੋਟੀ ਉਹਨਾਂ ਨੂੰ ਪੱਕਦੀ ਪਈ ਹੈ, ਕਿੱਥੋਂ ਰੋਟੀ ਉਹਨਾਂ ਨੂੰ ਮਿਲਦੀ ਹੈ। ਤੁਸੀਂ ਦੇਖ ਸਕਦੇ ਹੋ ਕਿ ਬਿਲਕੁਲ ਹਾਈਵੇ ਸ਼ਾਂਤ ਹੈ, ਇੱਥੇ ਹਜ਼ਾਰਾਂ ਹੀ ਗੱਡੀਆਂ ਰੋਜ਼ ਦੀਆਂ ਆਉਂਦੀਆਂ ਔਰ ਜਾਂਦੀਆਂ ਜੀ। ਉਹ ਜਿਹੜਾ ਹਾਈਵੇ ਇੱਥੇ ਚਹਿਲ ਪਹਿਲ ਦਿਖਾਈ ਦਿੰਦੀ ਸੀ, ਮਗਰ ਅੱਜ ਇਹ ਜਿਹੜੀ ਰੋਡ ਹੈਗੀ ਬਿਲਕੁਲ ਸ਼ਾਂਤ ਪਈ ਹੋਵੇ। ਇਹ ਜੰਮੂ ਹਾਈਵੇ ਹੈ, ਅੱਜ ਦੈਨਿਕ ਸਵੇਰਾ ਟੀਵੀ ਤੁਹਾਨੂੰ ਬਾਹਰ ਦੇ ਹਾਲਾਤ ਹਾਈਵੇ ਦੇ ਹਾਲਾਤ ਦਿਖਾਉਣ ਜਾ ਰਿਹਾ ਕਿ ਦੇਖੋ ਕਿੱਦਾਂ ਲੋਕ ਸ਼ਾਂਤ ਹੈ, ਸੜਕਾਂ ਸ਼ਾਂਤ ਪਈਆਂ, ਪੈਟਰੋਲ ਪੰਪ ਬੰਦ ਪਏ ਹੋਏ ਆ ਔਰ ਜਿਹੜੀਆਂ ਹਾਈਵੇ ਦੇ ਨਾਲ ਦੁਕਾਨਾਂ ਲੱਗਦੀਆਂ ਉਹ ਵੀ ਬੰਦ ਪਈਆਂ ਹੋਈਆਂ। ਕੋਈ ਵੀ ਵਿਅਕਤੀ ਇੱਥੇ ਸੜਕ ਦੇ ਉੱਤੇ ਦਿਖਾਈ ਨਹੀਂ ਦੇ ਰਿਹਾ। ਤੁਸੀਂ ਖੁਦ ਦੇਖ ਸਕਦੇ ਹੋ ਕਿ ਸਾਡੇ ਕੈਮਰਾਮੈਨ ਪਵਨ ਤੁਹਾਨੂੰ ਦਿਖਾ ਰਹੇ ਆ ਜਿਹੜੀਆਂ ਮਾਰਕੀਟ ਦੀਆਂ ਦੁਕਾਨਾਂ ਬਿਲਕੁਲ ਬੰਦ ਪਈਆਂ ਹੋਈਆਂ ਆ, ਲੋਕ ਆਪਣੀ ਸੇਫਟੀ ਲਈ ਘਰਾਂ ਦੇ ਅੰਦਰ ਵੜੇ ਹੋਏ ਆ ਔਰ ਸਰਕਾਰ ਵੱਲੋਂ ਇਹ ਵਾਰ ਵਾਰ ਅਪੀਲ ਵੀ ਕੀਤੀ ਜਾ ਰਹੀ ਹੈ ਲੋਕਾਂ ਦੀ ਸਿਹਤ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਕਿ ਲੋਕ ਜਿਹੜੇ ਹੈਗੇ ਘਰਾਂ ਤੋਂ ਬਾਹਰ ਨਾ ਨਿਕਲਣ ਔਰ ਜਿਹੜੇ ਲੋਕਾਂ ਦੀ ਸੁਵਿਧਾ ਲਈ ਜਿੱਦਾਂ ਦੁੱਧ ਹੋ ਗਿਆ, ਰਾਸ਼ਨ ਹੋ ਗਿਆ, ਰਾਸ਼ਨ ਤੋਂ ਬਾਅਦ ਜਿਹੜਾ ਹੋ ਗਿਆ ਸਬਜ਼ੀਆਂ ਹੋ ਗਈਆਂ, ਉਹ ਤੁਹਾਨੂੰ ਜਿਹੜੀਆਂ ਖਾਣ ਪੀਣ ਦੀਆਂ ਚੀਜ਼ਾਂ ਹੈਗੀਆਂ ਤੁਹਾਨੂੰ ਸਰਕਾਰ ਵੱਲੋਂ ਇੱਕ ਨੰਬਰ ਪ੍ਰੋਵਾਈਡ ਕੀਤੇ ਗਏ ਆ ਤੁਹਾਡੇ ਘਰ, ਹੋਮ ਡਿਲੀਵਰੀ ਜਿੱਦਾਂ ਕਹਿ ਲਓ ਸਰਕਾਰ ਨੇ ਦਿੱਤੀ ਹੋਈ ਆ, ਨੰਬਰ ਤੁਸੀਂ ਮਿਲਾਓ ਤੁਹਾਡੇ ਘਰ ਫੈਸਿਲਿਟੀਆਂ ਆਊਗੀਆਂ। ਮਗਰ ਜਿਹੜੇ ਟਰੱਕਾਂ ਵਾਲੇ ਆ ਜਿਹੜੇ ਦੂਰ ਦਰਾਜੇ ਤੋਂ ਆਉਂਦੇ ਆ ਸਬਜ਼ੀਆਂ ਸੁਬਜ਼ੀਆਂ ਲੈ ਕੇ, ਅਸੀਂ ਉਹ ਜਾਣਨ ਲਈ ਅੱਜ ਨਿਕਲੇ ਹਾਂ ਕਿ ਉਹਨਾਂ ਦਾ ਗੁਜ਼ਾਰਾ ਕਿੱਦਾਂ ਚੱਲਦਾ ਹੈ। ਅਸੀਂ ਤੁਹਾਨੂੰ ਉਹ ਟਰੱਕ ਵਾਲਿਆਂ ਨਾਲ ਵੀ ਗੱਲਬਾਤ ਕਰਾਵਾਂਗੇ ਕਿ ਉਹ ਸਮਾਨ ਲੈ ਕੇ ਆਏ, ਕਿੱਥੋਂ ਲੈ ਕੇ ਆਏ ਅਤੇ ਉਹਨਾਂ ਨੂੰ ਕਰਫਿਊ ਕਰ ਉਹਨਾਂ ਨੂੰ ਰੋਕ ਦਿੱਤਾ ਹੋਊਗਾ ਅਤੇ ਉਹਨਾਂ ਦਾ ਗੁਜ਼ਾਰਾ ਕਿੱਦਾਂ ਚੱਲਦਾ ਪਿਆ। ਸਾਨੂੰ ਇੱਕ ਹਾਈਵੇ ਦੇ ਉੱਤੇ ਇੱਕ ਜਿਹੜਾ ਟਰੱਕ ਹੈਗਾ ਉਹ ਖੜ੍ਹਾ ਮਿਲਿਆ ਹੈਗਾ, ਅਸੀਂ ਉਹਨਾਂ ਨਾਲ ਵੀ ਗੱਲਬਾਤ ਕਰਦੇ ਹਾਂ ਉਹਨਾਂ ਦੇ ਕੀ ਹਾਲਾਤ ਹੈ, ਉਹਨਾਂ ਦਾ ਜਿਹੜਾ ਗੁਜ਼ਾਰਾ ਉਹ ਕਿੱਦਾਂ ਚੱਲ ਰਿਹਾ, ਉਹ ਕਿੱਥੋਂ ਆ ਰਹੇ ਸੀ, ਉਹਨਾਂ ਨੇ ਕਿੱਥੇ ਜਾਣਾ ਸੀ, ਉਹਨਾਂ ਨਾਲ ਵੀ ਗੱਲਬਾਤ ਕਰਦੇ ਹਾਂ। ਇਹ ਜਿਹੜਾ ਟਰੱਕ ਹੈਗਾ ਇਹ ਜੰਮੂ ਦਾ ਲੱਗਦਾ, ਜਿਹੜੇ ਇਹਨਾਂ ਦੇ ਡਰਾਈਵਰ ਹੈ ਉਹਨਾਂ ਨਾਲ ਵੀ ਗੱਲਬਾਤ ਕਰਦੇ ਹਾਂ। ਕੀ ਨਾਮ ਕੀ ਹੈ ਤੁਹਾਡਾ ਜੀ? ਮੁਹੰਮਦ ਅਮੀਨ ਹੈ। ਮੁਹੰਮਦ ਜੀ ਕਦੋਂ ਦੇ ਇੱਥੇ ਖੜ੍ਹੇ ਪਏ ਹੋ? ਅਦੋ ਹਮੇ ਹੋਏ ਜਲੰਧਰ ਸੇ 6-7 ਦਿਨ ਹੋ ਗਏ ਅਸੀਂ, ਜੋ 6-7 ਦਿਨ ਹੋ ਗਿਆ ਜਲੰਧਰ ਸੇ ਮਾਲ ਨਹੀਂ ਨਿਕਲਤੇ ਹੈ ਤੋ ਇਧਰ ਹੀ ਖੜੀ ਹੈ, ਤੋ ਕਿਆ ਇਹ ਦਿੱਕਤ ਹੈ, ਯਹਾਂ ਯਹਾਂ ਕੁਛ ਨਹੀਂ ਮਿਲਤੇ ਹੈ। ਤੁਹਾਡਾ ਜਿਹੜਾ ਖਾਣ ਪੀਣ ਦਾ ਗੁਜ਼ਾਰਾ ਹੈਗਾ ਕਿੱਦਾਂ ਚੱਲ ਰਿਹਾ? ਉਹ ਉੱਥੇ ਗਾੜੀ ਮੇਂ ਹਮਾਰੇ ਪਾਸ ਹੈ, ਗਾੜੀ ਮੇਂ ਹੈ ਸਰ। ਕਿਤਨੇ ਦਿਨ ਕਾ ਰਾਸ਼ਨ ਹੈ? ਹੋਤਾ ਹੈ 5-6 ਦਿਨ ਕੇ 7 ਦਿਨ ਕਾ ਹੋਤਾ ਹੈ ਰਾਸ਼ਨ ਹਮਾਰੇ ਪਾਸ। ਜੈਸੇ ਆਪ ਬੋਲ ਰਹੇ ਹੋ 2-3 ਦਿਨ ਹੋ ਗਏ ਹਮੇ ਖੜੇ ਹੋਏ, ਰਾਸ਼ਨ ਵੀ ਕਮ ਹੋਗਾ ਨਾ? 6 ਦਿਨ ਹੋ ਗਏ ਹਮਾਰੇ ਪਾਸ ਜਲੰਧਰ ਮੇਂ, 6 ਦਿਨ ਹੋ ਗਈ। ਹਮ ਫੌਜ ਕਾ ਸਾਮਾਨ ਲੇ ਕਰ ਆਇਆ ਥਾ, ਉਹਨਾਂ ਨੇ ਛੋੜ ਦਿਆ ਤਾਂ ਇਧਰ ਮਾਲ ਨਹੀਂ ਮਿਲਤੇ, ਬੰਦ ਹੈ ਸਾਰਾ, 6 ਦਿਨ ਹੋ ਗਿਆ ਇਧਰ। ਇਸਮੇ ਹੈ ਕਿਆ? ਇਸਮੇ ਸਬਜ਼ੀ ਹੈ। ਕਹਾਂ ਜਾਣਾ ਕਹਾਂ ਹੈ? ਸ਼੍ਰੀਨਗਰ। ਜੈਸੇ ਆਪਣੇ ਬੋਲਾ 4-5 ਦਿਨ ਕਾ ਹਮ 6 ਦਿਨ ਕਾ ਰਾਸ਼ਨ ਲੈ ਕੇ ਚਲਤੇ ਹਾਂ, 6 ਦਿਨ ਹੋ ਗਏ ਆਪਕੋ ਯਹਾਂ ਪੇ ਖੜੇ ਹੋਏ, ਠੀਕ ਹੈ, ਵੋ ਤੋ ਰਾਸ਼ਨ ਖਤਮ ਹੋ ਜਾਏਗਾ, ਆਗੇ ਗੁਜ਼ਾਰਾ ਕੈਸੇ ਚਲੇਗਾ? ਆਗੇ ਕਿਆ ਕਰੇਗਾ, ਦੇਖਾ ਜਾਏਗਾ, ਪਰ ਉੱਪਰ ਵਾਲੇ ਕਿਆ ਕਰੇ, ਅਲਾਮੀਆ ਕਿਆ ਕਰੇਗਾ, ਦੇਖੇਗਾ ਵੋ ਕਿਆ ਮਿਲ ਜਾਏਗਾ, ਅਗਰ ਦੇਖੇ ਕਿਆ ਕਰੇਗਾ, ਜੋ ਸਾਰਾ ਕਰੇ ਤਾਂ ਉਹੀ ਹਮ ਵੀ ਕਰੇਗਾ। ਜੈਸੇ ਆਪਣੇ ਬਤਾਇਆ ਇਸਮੇ ਸਬਜ਼ੀ ਹੈ, ਸਬਜ਼ੀ ਖਰਾਬ ਵੀ ਹੋ ਜਾਏਗੀ ਨਾ? ਸਬਜ਼ੀ ਤੋਂ ਖਰਾਬ ਤੋਂ ਹੋ ਜਾਏਗਾ ਤਾਂ ਇਸਮੇ ਕਿਆ, ਤੋ ਆਗੇ ਚੱਲਨੇ ਨਹੀਂ ਦੇਤੇ, ਆਗੇ ਪੁਲਿਸ ਵਾਲੇ ਬੋਲਤੇ ਇਸਕੋ ਚਾਲਾਨ ਕਰੇਗਾ, ਵੋ ਕਰੇਗਾ, ਤੋ ਉਤਨਾ ਕਿਆ ਕਰੇਗਾ, ਇਸਕੋ ਚੱਲਨੇ ਨਹੀਂ ਦੇਤੇ। ਸਬਜ਼ੀ ਵਾਲੋ ਕੋ ਤੋ ਛੂਟ ਮਿਲ ਚੁੱਕੀ ਹੈ, ਰਾਤ ਕੋ ਨਾਕਾ ਲਗਤਾ ਹੈ, ਬਾਹਰ ਕੀ ਗਾੜੀ ਕੋ ਹਮਕੋ ਤੰਗ ਕਰਤੇ ਹੈ ਇਧਰ, ਇਸਲੀਏ ਹਮ ਤੋ ਥੋੜਾ ਦੇਰ ਕਾ ਸਹੀ ਚੱਲਨਾ ਪੜਤਾ ਹੈ। ਕਿਆ ਕਿਆ ਬੋਲ ਰਹੇ ਹੈ ਪੁਲਿਸ ਵਾਲੇ, ਜੋ ਅਗਰ ਆਪਕੋ ਰੋਕਤੇ ਹੈ ਉਨਕੋ ਬਤਾਓ ਹਮ ਸਬਜ਼ੀ ਲੈ ਕੇ ਜਾ ਰਹੇ ਹੈ, ਵੋ ਕਿਆ ਬੋਲ ਰਹੇ ਹੈ ਪੁਲਿਸ ਵਾਲੇ? ਪੁਲਿਸ ਵਾਲੇ ਕਿਆ ਬੋਲਤੇ ਹੈ, ਬੋਲਤੇ ਕਰਫਿਊ ਲਗਾਏ ਤੋ ਆਪ ਕੈਸੇ ਨਿਕਲ ਗਏ, ਤੋ ਕੈਸੇ ਆਪਕੋ ਪਤਾ ਨਹੀਂ ਹੈ, ਇਹ ਦਾਰਾ ਲੱਗ ਗਿਆ ਤਾਂ ਹਮ ਗਾੜੀ ਕਾ ਪੇਪਰ ਦੇ ਦੋ, ਕਾਗਜ਼ ਦੇ ਦੋ, ਉਹ ਚਾਲਾਨ ਨਿਕਾਲੇਗਾ, ਵੋ ਕਰੇਗਾ, ਤੋ ਚੱਲਣਾ ਪੜਤਾ ਹੈ, ਤੋ ਹਮ ਤੋ ਇਸ ਲਈ ਦਿੱਕਤ ਹੀ ਹੋਤਾ ਹੈ ਯਹਾਂ। ਯਾਨੀ ਕਿ ਕਰਫਿਊ ਲੱਗਣ ਨਾਲ ਦਿੱਕਤ ਕਾਫੀ ਹੋ ਰਹੀ, ਜਿੱਦਾਂ ਸਬਜ਼ੀ ਤੁਸੀਂ ਲੈ ਕੇ ਆਏ ਹੋ ਜੰਮੂ ਤੱਕ ਪਹੁੰਚਾਉਣੀ ਹੈ, ਉਹ ਤਾਂ ਦਿੱਕਤ ਤਾਂ ਹੋਏ, ਦਿੱਕਤ ਹੈ ਜੀ, ਦਿੱਕਤ ਹੈ। ਇਹ ਸੀ ਸਾਡੇ ਨਾਲ ਟਰੱਕ ਡਰਾਈਵਰ, ਜਿਨ੍ਹਾਂ ਨੇ ਕਿਹਾ ਕਿ ਇਹ ਟਰੱਕ ਦੇ ਵਿੱਚ ਜਿਹੜੀਆਂ ਹੈਗੀਆਂ ਸਬਜ਼ੀਆਂ ਹੈਗੀਆਂ, ਇਹਨਾਂ ਨੇ ਜੰਮੂ ਜਾਣਾ ਹੈਗਾ। ਆਓ ਅੱਗੇ ਵੀ ਤੁਹਾਨੂੰ ਦਿਖਾਉਂਦੇ ਹਾਂ ਅੱਗੇ ਦੇ ਕੀ ਹਾਲਾਤ ਹੈ, ਕਿੱਦਾਂ ਲੋਕ ਆਪਣੇ ਸੈੱਡਾਂ ਦੇ ਉੱਤੇ ਬੈਠੇ ਹੋਏ ਆ, ਕਿਤੇ ਢਾਬਿਆਂ ਦੇ ਰੁਕੇ, ਉਹਨਾਂ ਦੇ ਕੀ ਹਾਲਾਤ ਹੈ, ਉਹਨਾਂ ਦਾ ਜਿਹੜਾ ਗੁਜ਼ਾਰਾ ਉਹ ਕਿੱਦਾਂ ਹੁੰਦਾ, ਆਓ ਚੱਲਦੇ ਹਾਂ ਅੱਗੇ। ਅੱਗੇ ਵੀ ਚੱਲਦੇ ਹਾਂ ਅੱਗੇ ਕੀ ਹਾਲਾਤ ਹੈ, ਜਿਹੜੇ ਟਰੱਕ ਡਰਾਈਵਰ ਹੈ ਉਹਨਾਂ ਦਾ ਕਿੱਦਾਂ ਗੁਜ਼ਾਰਾ ਹੋ ਰਿਹਾ, ਆਓ ਚੱਲੀਏ ਅੱਗੇ।
ਸਾਨੂੰ ਇੱਕ ਹਾਈਵੇ ਦੇ ਉੱਤੇ ਇੱਕ ਢਾਬਾ ਮਿਲਿਆ ਹੈਗਾ, ਢਾਬੇ ਦੇ ਅੰਦਰ ਵੀ ਦੇਖਦੇ ਹਾਂ ਕਿ ਉਹਦੇ ਦੇ ਅੰਦਰ ਕੋਈ ਟਰੱਕ ਡਰਾਈਵਰ ਬੈਠਾ ਜਾਂ ਨਹੀਂ, ਅਗਰ ਬੈਠਾ ਹੈਗਾ ਤਾਂ ਉਹਦੇ ਕੀ ਹਾਲਾਤ ਹੈ, ਉਹਦਾ ਕਿੱਦਾਂ ਗੁਜ਼ਾਰਾ ਚੱਲ ਰਿਹਾ। ਮੈਂ ਆਪਣੇ ਕੈਮਰਾਮੈਨ ਨੂੰ ਕਹਾਂਗਾ ਕਿ ਉਹ ਢਾਬੇ ਦਾ ਹਾਲਾਤ ਵੀ ਦਿਖਾਉਣ, ਉਹ ਜਿਹੜੇ ਡਰਾਈਵਰ ਹੈਗੇ ਉਹ ਬੈਠੇ ਵੀ ਦਿਖਾਉਣ, ਜੇ ਤੁਹਾਨੂੰ ਮਿਲ ਜਾਣ। ਸਾਨੂੰ ਦੋ ਡਰਾਈਵਰ ਲੱਗਦਾ ਬੈਠੇ ਹੋਏ ਆ, ਉਹਨਾਂ ਨਾਲ ਗੱਲਬਾਤ ਕਰ ਰਹੇ ਹਾਂ, ਉਹ ਕਿੱਥੋਂ ਆਏ ਆ, ਕਿੱਥੇ ਜਾਣਾ ਸੀਗਾ, ਉਹਨਾਂ ਨਾਲ ਵੀ ਗੱਲਬਾਤ ਕਰਦੇ ਹਾਂ। ਕੀ ਨਾਮ ਕੀ ਹੈ ਤੁਹਾਡਾ? ਪ੍ਰਵੀਨ ਕੁਮਾਰ ਹੈ ਜੀ। ਪ੍ਰਵੀਨ ਜੀ, ਤੁਸੀਂ ਟਰੱਕ ਡਰਾਈਵਰ ਹੋ? ਜੀ ਜੀ। ਅਤੇ ਤੁਸੀਂ ਕਿੱਥੋਂ ਆਏ ਹੋ, ਕਿੱਥੇ ਜਾਣਾ? ਜੰਮੂ ਤੋਂ ਆਏ ਹਾਂ ਜੀ। ਅਤੇ ਜਾਣਾ ਕਿੱਥੇ? ਦਿੱਲੀ ਜਾਣਾ ਜੀ, ਗਾਜ਼ੀਆਬਾਦ। ਗਾਜ਼ੀਆਬਾਦ। ਅਤੇ ਤੁਹਾਡਾ ਜਿੱਦਾਂ ਤੁਸੀਂ ਦੱਸਿਆ ਟਰੱਕ ਡਰਾਈਵਰ ਹੋ, ਟਰੱਕ ਕਿੱਥੇ ਤੁਹਾਡਾ? ਸਾਹਮਣੇ ਪਾ ਰਿਹਾ ਜੀ ਪੰਪ ਦੇ। ਟਰੱਕ ਦੇ ਵਿੱਚ ਕੋਈ ਚੀਜ਼ ਲੋਡ ਹੈ? ਹਾਂਜੀ ਹਾਂਜੀ। ਕੀ ਚੀਜ਼ ਕੀ ਲੋਡ ਹੈ ਉਹਦੇ 'ਚ? ਬੋਤਲਾਂ ਜੀ, ਖਾਲੀ ਬੋਤਲਾਂ ਜੀ। ਖਾਲੀ ਬੋਤਲਾਂ? ਜੀ ਜੀ। ਖਾਲੀ ਬੋਤਲਾਂ ਕਦੋਂ ਦੇ ਤੁਸੀਂ ਆਏ ਹੋਏ ਇੱਥੇ? ਅੱਜ ਦੀ ਅਸੀਂ 22 ਤਰੀਕ ਰਾਤ ਦੇ ਆ ਇੱਥੇ ਜੀ। ਹਾਂਜੀ। ਅਤੇ ਤੁਸੀਂ, ਤੁਹਾਡਾ ਗੁਜ਼ਾਰਾ ਕਿੱਦਾਂ ਚੱਲ ਰਿਹਾ? ਢਾਬਾ ਬਿਲਕੁਲ ਬੰਦ ਪਿਆ ਹੋਇਆ? ਹਾਂਜੀ ਹਾਂਜੀ। ਅਤੇ ਰਾਸ਼ਨ ਜੀ ਅਤੇ ਜੋ ਸਾਡੇ ਕੋਲ ਹੈ ਸੀ ਆਪਣਾ, ਤਾਂ ਉਹ ਹੀ ਹੈ, ਮੈਗੀ ਮੂਗੀ ਆਪਣਾ ਬਣਾਈ ਆਓ, ਖਾਈ ਆਓ ਜੀ। ਅਤੇ ਤੁਹਾਨੂੰ ਇਹ ਪਤਾ ਨਹੀਂ ਕਰਫਿਊ ਲੱਗਾ ਹੋਇਆ, ਤੁਸੀਂ ਫਿਰ ਵੀ ਆਏ ਹੋ? ਅਤੇ ਇੱਕ ਦਿਨ ਦਾ ਸਰ ਇਹਨੇ ਤਾਂ ਆਖਿਆ ਸੀ, ਅਤੇ ਉਹਦੇ ਬਾਅਦ 'ਚ ਇਹਨੇ ਜਕਦਮ ਹੀ ਹੋ ਗਿਆ ਜੀ, ਬੰਦ ਹੋ ਗਿਆ। ਕਿੰਨੇ ਕੁ ਦਿਨ ਦਾ ਤੁਸੀਂ ਰਾਸ਼ਨ ਲਾਣ ਲੈ ਕੇ ਤੁਰੇ ਸੀਗੇ? ਸਰ ਜਿਹੜਾ 2 ਦਿਨ ਲਈ ਸਾਡੇ ਕੋਲ ਤਾਂ ਹੈ ਸੀ, ਉਹ ਤਾਂ ਮੁੱਕ ਗਿਆ ਜੀ। ਅਤੇ ਹੁਣ ਪਿੰਡ ਵਿੱਚ ਜੇ ਅੱਗੇ ਅਸੀਂ ਇੱਧਰ ਜਾਈਏ, ਪੁਲਿਸ ਵਾਲੇ ਜਿਹੜੇ ਤਾਂ ਉਹ ਨਹੀਂ ਅੱਗੇ ਲੰਘਣ ਦਿੰਦੇ ਜੀ। ਤੁਹਾਡੇ ਕੋਲ ਜਿੱਦਾਂ ਤੁਸੀਂ ਦੱਸਿਆ ਜੀ ਟਰੱਕ ਡਰਾਈਵਰ ਹੈ, ਸਾਡੇ ਕੋਲ ਜਿੰਨਾ ਰਾਸ਼ਨ ਸੀਗਾ ਉਹ ਮੁੱਕ ਚੱਲਾ ਹੈਗਾ, ਤੁਹਾਡੇ ਵੱਲੋਂ ਕੋਈ ਸਰਕਾਰ ਵੱਲੋਂ ਜਾਂ ਕੋਈ NGO ਵੱਲੋਂ ਤੁਹਾਡੇ ਕੋਲ ਕੋਈ ਸੇਵਾ ਪਹੁੰਚਦੀ ਵੀ ਖਾਣ ਪੀਣ ਦਾ ਸਮਾਨ? ਨਹੀਂ ਜੀ, ਨਹੀਂ 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 ਆਈ ਜੀ। ਇਹ ਸੀ ਸਾਡੇ ਨਾਲ ਟਰੱਕ ਡਰਾਈਵਰ, ਜਿਨ੍ਹਾਂ ਨੇ ਦੱਸਿਆ ਕਿ ਇਹਨਾਂ ਨੇ ਜਿਹੜਾ ਹੈਗਾ ਇਹਨਾਂ ਦੀ ਗੱਡੀ ਦੇ ਵਿੱਚ ਜਿਹੜਾ ਪਾਣੀ ਲੋਡ ਹੈ, ਮਗਰ ਕਰਫਿਊ ਦੇ ਕਾਰਨ ਇਹਨਾਂ ਨੂੰ ਇੱਕ ਜਗ੍ਹਾ ਦੇ ਉੱਤੇ ਰੋਕ ਦਿੱਤਾ ਗਿਆ ਹੈਗਾ। ਔਰ ਜਿਹੜੇ ਇਹ ਘਰੋਂ ਸਮਾਨ ਲੈ ਕੇ ਖਾਣ ਪੀਣ ਦਾ ਸਮਾਨ ਲੈ ਕੇ ਚੱਲੇ ਹੋਏ ਸੀਗੇ, ਉਹ ਵੀ ਖਤਮ ਤਾਂ ਹੋਣ 'ਤੇ ਆ ਚੁੱਕਾ ਹੈਗਾ, ਮਗਰ ਕੋਈ ਵੀ NGO ਜਾਂ ਕੋਈ ਵੀ ਸਰਕਾਰ ਦਾ ਨੁਮਾਇੰਦਾ ਇਹਨਾਂ ਤੱਕ ਕੋਈ ਵੀ ਖਾਣ ਪੀਣ ਦਾ ਸਮਾਨ ਨਹੀਂ ਪਹੁੰਚਾ ਰਿਹਾ। ਕੈਮਰਾਮੈਨ ਪਵਨ ਦੇ ਨਾਲ ਵਿਨੇ ਸ਼ਰਮਾ, ਦੈਨਿਕ ਸਵੇਰਾ TV, ਜਲੰਧਰ। All World Open Challenge 17 time gold medalist Mia Rafiq Mohammed Pandit Maulvi Begum Tantrik inna chora thagga to savdan specialist Vashikaran satta number love marriage pati patni ch anban videsh ch pakka hona karobar da na chalna sirf 31 ghantiyan vich samadhan free Mia Rafiq Mohammed mobile 84374 94647 84374 94648।